ਸੀਨੀਅਰ ਸੈਂਟਰ ਖੰਨਾ ਦੀ ਤਰਫ ਵੱਲੋਂ ਤੁਹਾਨੂੰ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਇਸ ਮੀਡੀਆ ਦੇ ਵਿੱਚ ਬਹੁਤ ਤੁਹਾਨੂੰ ਇਨਫੋਰਮੇਸ਼ਨ ਦੇਣਾ ਜਾ ਰਹੀ ਹੈ ਐਗਜ਼ਾਮੀਨੇਸ਼ਨ ਦਾ ਬਾਰੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗੀ ਤੇ ਤੁਸੀਂ ਇਗਨੋ ਆਰਸੀ ਖੰਨਾ ਦਾ ਇਹ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੇਗੀ ਉਹ ਵਿਦਿਆਰਥੀ ਜੋ ਦਸੰਬਰ ਟਰਮ ਐਂਡ ਐਗਜ਼ਾਮੀਨੇਸ਼ਨ ਦੇ ਵਿੱਚ ਅਪੀਅਰ ਹੋਣਾ ਚਾਹੁੰਦੇ ਸੀਗੇ, ਪਹਿਲਾਂ ਉਸਦੀ ਲਾਸਟ ਡੇਟ ਅਪੀਅਰ ਐਗਜ਼ਾਮੀਨੇਸ਼ਨ ਕੰਡਕਟ ਕਰਨ ਦੀ ਡੇਟ ਸੀਗੀ 20 ਜਨਵਰੀ 2022, ਪਰ ਕਿਸੇ ਕਾਰਨ ਕਰਕੇ ਇਹ ਜੋ ਡੇਟ ਸੀ ਪੋਸਟਪੋਨ ਹੋ ਗਈ ਸੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੈਂਡੈਮਿਕ ਦੇ ਕਾਰਨ ਸ਼ਡਿਊਲ ਥੋੜ੍ਹਾ ਅੱਗੇ ਜਾ ਰਿਹਾ ਆ, ਪਰ ਹੁਣ ਤੁਹਾਡੇ ਸਾਰਿਆਂ ਦੇ ਲਈ ਉਹ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਆ ਅਤੇ ਤੁਸੀਂ ਇੱਕ ਵਾਰੀ ਫਿਰ ਆਪਣੀਆਂ ਬੁੱਕਸ ਉਠਾ ਲਓ, ਪੜ੍ਹਨ ਦੀ ਤਿਆਰੀ ਕਰ ਲਓ, ਕਿਉਂਕਿ ਹੁਣ ਨਵੀਂ ਅਨਾਊਂਸਮੈਂਟ ਹੋ ਗਈ ਆ ਐਗਜ਼ਾਮੀਨੇਸ਼ਨ ਦੇ ਕੰਡਕਟ ਕਰਨ ਦੀ ਡਿਊਰੇਸ਼ਨ ਬਾਰੇ। ਮੈਂ ਦੱਸਣਾ ਚਾਹੂੰਗੀ ਕਿ ਇਹ ਐਗਜ਼ਾਮਸ 4 ਮਾਰਚ ਤੋਂ ਸ਼ੁਰੂ ਹੋਣੇ ਜਾ ਰਹੇ ਆ ਅਤੇ ਜਿਹੜੇ ਕਿ 9 ਅਪ੍ਰੈਲ ਤੱਕ ਕੰਟੀਨਿਊ ਰਹੇਗੇ, ਅਤੇ ਇਸ ਕਰਕੇ ਉਹ ਸਾਰੇ ਵਿਦਿਆਰਥੀ ਜੋ ਦਸੰਬਰ ਟਰਮ ਐਂਡ ਐਗਜ਼ਾਮੀਨੇਸ਼ਨ 2021 ਦੇ ਵਿੱਚ ਅਪੀਅਰ ਹੋਣਾ ਚਾਹੁੰਦੇ ਸੀ ਅਤੇ ਉਹਨਾਂ ਨੂੰ ਮੈਂ ਇੱਕ ਵਾਰ ਫਿਰ ਕਹਿ ਰਹੀ ਹਾਂ ਕਿ ਤੁਸੀਂ ਉਹ ਤਿਆਰੀ ਕਰ ਲਓ ਜਿਹੜੀ ਕਿ ਹੁਣ ਐਗਜ਼ਾਮ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਆ। ਤਾਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਤੁਹਾਡੀ ਫਰੈਸ਼ ਐਡਮਿਸ਼ਨ ਅਤੇ ਰੀ ਰਜਿਸਟ੍ਰੇਸ਼ਨ ਐਡਮਿਸ਼ਨ ਜੋ ਕਿ ਚੱਲ ਰਹੀ ਸੀਗੀ, ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਕਿ ਅੱਗੇ ਐਡਮਿਸ਼ਨ ਲੈਣਾ ਚਾਹੁੰਦੇ ਆ ਉਹਨਾਂ ਲਈ ਵੀ ਇਹ ਖੁਸ਼ਖਬਰੀ ਆ ਕਿ ਇਹ ਡੇਟ ਜੋ ਆ ਐਕਸਟੈਂਡ ਹੋ ਗਈ ਆ ਅਤੇ ਪਹਿਲਾਂ ਜੋ ਇਹਦੀ ਲਾਸਟ ਡੇਟ 10 ਫਰਵਰੀ ਸੀ ਹੁਣ ਵਧਾ ਕੇ 21 ਫਰਵਰੀ 2022 ਹੋ ਗਈ ਆ, ਜਿਹਦੇ ਵਿੱਚ ਕਿ ਉਹ ਵਿਦਿਆਰਥੀ ਜਿਹੜੇ ਕਿਸੇ ਵੀ ਨਵੇਂ ਪ੍ਰੋਗਰਾਮ ਜਿਸ ਤਰ੍ਹਾਂ ਸਰਟੀਫਿਕੇਟ, ਡਿਪਲੋਮਾਸ, ਕੋਈ PG ਜਾਂ UG ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਸੀਗੇ ਉਹਦੀ ਲਾਸਟ ਡੇਟ ਵਧਾ ਕੇ 21 ਫਰਵਰੀ 2022 ਹੋ ਗਈ ਆ। ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਜਿਸ ਤਰ੍ਹਾਂ ਕਿ BDP ਦੇ ਸਟੂਡੈਂਟ ਸੀਗੇ, ਸੈਕਿੰਡ ਈਅਰ ਜਾਂ 3rd ਈਅਰ ਦੇ ਵਿੱਚ ਰੀ ਰਜਿਸਟ੍ਰੇਸ਼ਨ ਕਰਵਾਉਣੀ ਸੀ ਉਹਦੀ ਵੀ ਡੇਟ ਐਕਸਟੈਂਡ ਹੋ ਗਈ ਆ, ਜਿਹਨੂੰ ਅਸੀਂ ਕਹਿੰਦੇ ਰੀ ਰਜਿਸਟ੍ਰੇਸ਼ਨ ਡੇਟ, ਉਹ ਵੀ ਵਧਾ ਕੇ ਹੁਣ 21 ਫਰਵਰੀ 2022 ਹੋ ਗਈ ਆ। ਅਤੇ ਤੁਸੀਂ ਜਲਦੀ ਜਲਦੀ ਇਸ ਵਧਾਏ ਹੋਏ ਡੇਟ ਦਾ ਫਾਇਦਾ ਉਠਾਓ ਅਤੇ ਆਪਣਾ ਜਿਹੜੇ ਐਡਮਿਸ਼ਨ ਲੈਣਾ ਚਾਹੁੰਦੇ ਹੋ ਐਡਮਿਸ਼ਨ ਲੈ ਲੈਣ ਨਵੇਂ ਪ੍ਰੋਗਰਾਮ ਦੇ ਵਿੱਚ, ਜਿਹੜੇ ਵਿਦਿਆਰਥੀ ਰੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਆ ਉਹ ਰੀ ਰਜਿਸਟ੍ਰੇਸ਼ਨ ਕਰਵਾ ਲੈਣ। ਇਸ ਤੋਂ ਇਲਾਵਾ ਮੈਂ ਹੋਰ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੂੰਗੀ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਰੇ ਲਿੰਕ ਦਿੱਤੇ ਗਏ ਹਨ, ਜਿਸ ਤਰ੍ਹਾਂ ਕਿ ਫਰੈਸ਼ ਐਡਮਿਸ਼ਨ, ਰੀ ਰਜਿਸਟ੍ਰੇਸ਼ਨ ਦਾ ਅਤੇ ਇਗਨੋ ਦੀ ਮੇਨ ਵੈਬਸਾਈਟ, ਇਗਨੋ ਰੀਜਨਲ ਸੈਂਟਰ ਖੰਨਾ ਦੀ ਵੈਬਸਾਈਟ, ਫੇਸਬੁੱਕ ਜੋ ਕਿ ਰੀਜਨਲ ਸੈਂਟਰ ਦੀ ਹੈ ਅਤੇ RC ਖੰਨਾ ਦਾ ਟਵਿੱਟਰ ਅਤੇ ਇਨਕੁਆਇਰੀ ਨੰਬਰਸ ਅਤੇ ਈਮੇਲ ID ਸਾਰੇ ਲਿੰਕਸ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਆ, ਜਿਹੜਾ ਕਿ ਤੁਹਾਨੂੰ ਬਹੁਤ ਹੀ ਈਜ਼ੀ ਹੋਏਗਾ ਕੋਈ ਵੀ ਲਿੰਕ ਨੂੰ ਸਰਚ ਕਰਨ ਦੇ ਲਈ। ਅਤੇ ਇਸ ਕਰਕੇ ਮੈਂ ਕਹੂੰਗੀ ਕਿ ਇਸ ਵੀਡੀਓ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਅਤੇ ਆਪਣੇ ਦੋਸਤ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਦੱਸੋ ਕਿ ਐਡਮਿਸ਼ਨ ਦੇ ਵਿੱਚ, ਇਗਨੋ ਦੇ ਵਿੱਚ ਐਡਮਿਸ਼ਨ ਲਓ, ਤਾਂ ਕਿ ਇਹੀ ਇੱਕ ਯੂਨੀਵਰਸਿਟੀ ਆ ਜਿਹਦੇ ਵਿੱਚ ਬਹੁਤ ਹੀ ਘੱਟ ਫੀਸ ਦੇ ਨਾਲ ਤੁਸੀਂ ਹਾਇਰ ਐਜੂਕੇਸ਼ਨ ਲੈ ਸਕਦੇ ਆ। ਧੰਨਵਾਦ।